ਸਿਸਟਰ ਉਹਨਰੀ ਸਰਬਜੀਤ ਹੈ ਮੇਰਾ ਨਾਮ। ਭਾਜੀ ਕਿਵੇਂ ਹੋਇਆ ਸਾਰਾ? ਭਾਜੀ ਪਤਾ ਹੀ ਨਹੀਂ ਸਾਨੂੰ, 6 ਮੈਂਬਰ ਸਾਡੇ ਜਿਹੜੇ, ਇੱਕ ਦੀ ਡੈਥ ਇੱਥੇ ਹੋ ਚੁੱਕੀ ਆ, 5 ਮੈਂਬਰ ਉੱਥੇ ਬਟਾਲੇ 'ਚ ਹੀ ਆ, ਪਤਾ ਨਹੀਂ ਉਹਨਾਂ ਦੇ ਸਮਝ ਨਹੀਂ ਲੱਗ ਰਹੇ, ਉਹ ਵੀ ਐਕਸਪਾਇਰ ਹੋ ਚੁੱਕੇ ਆ। ਲੱਭੇ ਨਹੀਂ ਹਲੇ ਤੱਕ? ਕਿੰਨੇ ਨਹੀਂ, ਕਈ 2-3 ਜਣੇ ਦਾ ਪਤਾ ਨਹੀਂ ਲੱਗਾ, 2-3 ਜਣੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਪਟਾਕੇ ਬਣਾਉਂਦੇ ਸੀ ਕਿ ਨਗਰ ਕੀਰਤਨ ਲਈ ਯੂਜ਼ ਕਰਦੇ? ਨਗਰ ਕੀਰਤਨ ਵਗੈਰਾ ਆ ਰਿਹਾ ਨਾ, ਉਹਦੀ ਤਿਆਰੀ ਕਰਨ ਡੇ। ਪਤਾ ਨਹੀਂ ਵੀ ਕੀ ਹੋਇਆ ਕੀ ਨਹੀਂ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਜਿਹੜੇ ਕੰਮ ਕਰਦੇ ਪਏ। ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ? ਆਪਣੇ ਮੈਂ ਤੁਹਾਨੂੰ ਦੱਸਿਆ, ਸਾਡਾ ਆਪਣਾ ਪਰਿਵਾਰ ਹੀ ਸੀ ਸਾਰਾ, 1-2 ਬੰਦੇ ਬਾਹਰ ਦੇ ਲੱਗੇ ਹੋਣਗੇ। ਸਾਡੇ ਕੋਲ 6 ਪੇਸ਼ੈਂਟਸ ਆਏ ਨੇ, ਜਿਨ੍ਹਾਂ ਵਿੱਚੋਂ 1 ਬ੍ਰੌਡ ਡੈਡ ਹੈ, 5 ਇੰਜਰਡ ਪੇਸ਼ੈਂਟਸ ਹੈ, 5 ਵਿੱਚੋਂ 2 ਕ੍ਰਿਟੀਕਲ ਹੈ, ਬਾਕੀ ਪੇਸ਼ੈਂਟਸ ਵੀ ਥੋੜ੍ਹੇ ਹੈ, ਇੰਜਰੀਜ਼ ਹੈ ਉਹਨਾਂ ਦੀਆਂ, ਕੋਈ ਬਰਨਸ ਹੈਗੇ, ਸੀਰੀਅਸ ਹੈ। ਮੈਂ ਸਿਸਟਰ ਉਹਨਰੀ ਸਰਬਜੀਤ ਹੈ ਮੇਰਾ ਨਾਮ। ਭਾਜੀ ਕਿਵੇਂ ਹੋਇਆ ਸਾਰਾ? ਭਾਜੀ ਪਤਾ ਹੀ ਨਹੀਂ ਸਾਨੂੰ, 6 ਮੈਂਬਰ ਸਾਡੇ ਜਿਹੜੇ, 1 ਦੀ ਡੈਥ ਇੱਥੇ ਹੋ ਚੁੱਕੀ ਆ, 5 ਮੈਂਬਰ ਉੱਥੇ ਬਟਾਲੇ 'ਚ ਹੀ ਆ, ਪਤਾ ਨਹੀਂ ਉਹਨਾਂ ਦੇ ਸਮਝ ਨਹੀਂ ਲੱਗ ਰਹੇ, ਉਹ ਵੀ ਐਕਸਪਾਇਰ ਹੋ ਚੁੱਕੇ ਆ। ਉਹ ਲੱਭੇ ਨਹੀਂ ਹਲੇ ਤੱਕ? ਨਹੀਂ, ਕਈ 2-3 ਜਣੇ ਦਾ ਪਤਾ ਨਹੀਂ ਲੱਗਾ, 2-3 ਜਣੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਪਟਾਕੇ ਬਣਾਉਂਦੇ ਸੀ ਕਿ ਨਗਰ ਕੀਰਤਨ ਲਈ ਯੂਜ਼ ਕਰਦੇ? ਨਗਰ ਕੀਰਤਨ ਵਗੈਰਾ ਆ ਰਿਹਾ ਨਾ, ਉਹਦੀ ਤਿਆਰੀ ਕਰਨ ਡੇ। ਪਤਾ ਨਹੀਂ ਵੀ ਕੀ ਹੋਇਆ ਕੀ ਨਹੀਂ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਜਿਹੜੇ ਕੰਮ ਕਰਦੇ ਪਏ। ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ? ਆਪਣੇ ਮੈਂ ਤੁਹਾਨੂੰ ਦੱਸਿਆ, ਸਾਡਾ ਆਪਣਾ ਪਰਿਵਾਰ ਹੀ ਸੀ ਸਾਰਾ, 1-2 ਬੰਦੇ ਬਾਹਰ ਦੇ ਲੱਗੇ ਹੋਣਗੇ, ਬਾਕੀ ਭਾਜੀ ਸਾਡੇ ਸਾਡੀ ਜੱਦੀ ਪੁਸ਼ਤੀ ਭਾਜੀ। ਸਾਡੇ ਕੋਲ 6 ਪੇਸ਼ੈਂਟਸ ਆਏ ਨੇ, ਜਿਨ੍ਹਾਂ ਵਿੱਚੋਂ 1 ਬ੍ਰੌਡ ਡੈਡ ਹੈ, 5 ਇੰਜਰਡ ਪੇਸ਼ੈਂਟਸ ਹੈ, 5 ਵਿੱਚੋਂ 2 ਕ੍ਰਿਟੀਕਲ ਹੈ, ਬਾਕੀ ਪੇਸ਼ੈਂਟਸ ਵੀ ਥੋੜ੍ਹੇ ਹੈ, ਇੰਜਰੀਜ਼ ਹੈ ਉਹਨਾਂ ਦੀਆਂ, ਕੋਈ ਬਰਨਸ ਹੈਗੇ, ਸੀਰੀਅਸ ਹੈ। ਪੇਸ਼ੈਂਟ ਸਾਰੇ ਟ੍ਰੀਟ ਹੋ ਰਹੇ ਨੇ ਇੱਥੇ। ਇੱਕ ਪੇਸ਼ੈਂਟ ਦੀ ਇਨਫੋਰਮੇਸ਼ਨ ਹੈ ਕਿ ਸ਼ਾਇਦ 1 ਪੇਸ਼ੈਂਟ ਹੋਰ ਰੈਫਰ ਹੋ ਰਿਹਾ, ਬਟ ਹਾਲੇ ਤੱਕ ਸਾਡੇ ਕੋਲ ਕੋਈ ਨਹੀਂ ਹੋਰ ਪਹੁੰਚਿਆ। ਓਬਵੀਅਸਲੀ ਸਰ, 1-2 ਫ੍ਰੀ ਸਭ ਕੁਛ ਅਰੇਂਜਮੈਂਟ ਸਾਡੇ ਕੋਲ ਹੈ, ਔਰ ਚੱਲ ਰਿਹਾ ਉਹਨਾਂ ਦਾ ਟ੍ਰੀਟਮੈਂਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਹਰਦੀਪ ਸਿੰਘ ਦਾ ਸਾਰੀ ਦੁਨੀਆ ਲਈ ਖੁੱਲਾ ਚੈਲੰਜ ਕਿ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ, ਕਿ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ, ਕਿ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ, ਕਿ ਤੁਹਾਨੂੰ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ, ਕਿ ਤੁਸੀਂ ਲਗਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ, ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ, ਕਿ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ, ਕਿ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ, ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਹਰਦੀਪ ਸਿੰਘ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।